ਪੰਜਾਬੀਆਂ ਲਈ ਕਿਸਾਨਾਂ ਲਈ ਇੱਕ ਨਵੀਂ ਖੁਸ਼ਖਬਰੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਤਹਿਤ ਪੰਜਾਬ ਦੇ ਵਿੱਚ ਨਿਊ ਐਂਡ ਰੀਨਿਊਬਲ ਐਨਰਜੀ ਡਿਪਾਰਟਮੈਂਟ ਵੱਲੋਂ ਕੇਂਦਰ ਸਰਕਾਰ ਤੋਂ 1 ਲੱਖ ਮੋਟਰਾਂ ਨੂੰ ਐਗਰੀਕਲਚਰ ਪੰਪ ਸੈੱਟਸ ਨੂੰ ਨਾਰਮਲ ਕਨਵੈਨਸ਼ਨਲ ਬਿਜਲੀ ਤੋਂ ਸ਼ਿਫਟ ਕਰਕੇ ਸੋਲਰ ਐਨਰਜੀ ਦੇ ਉੱਪਰ ਲੈ ਕੇ ਜਾਣ ਦੀ ਅਪਰੂਵਲ ਮਿਲ ਚੁੱਕੀ ਹੈ, ਜਿਸ ਦੇ ਤਹਿਤ 1 ਲੱਖ ਮੋਟਰਾਂ ਨੇ ਜਿਹੜੀਆਂ ਹੁਣ ਉਹ ਸੌਰ ਊਰਜਾ ਦੇ ਨਾਲ ਚੱਲਣਗੀਆਂ, ਜਿਸ ਦਾ ਫਾਇਦਾ ਸਿੱਧਮ ਸਿੱਧੇ ਪੰਜਾਬੀਆਂ ਨੂੰ ਇਹ ਹੋਏਗਾ ਕਿ 1 ਬਿਜਲੀ ਹੈ ਜਿਹੜੀ ਉਸ ਸਰਕਾਰ ਨੂੰ ਸਸਤੀ ਪਏਗੀ, ਜਿਸ ਦੇ ਤਹਿਤ 200 ਕਰੋੜ ਦੀ ਸਬਸਿਡੀ ਦਾ ਬਿੱਲ ਹੈ ਉਹ ਘਟੇਗਾ, ਵਾਤਾਵਰਣ ਹੈ ਜਿਹੜਾ ਉਹ ਸ਼ੁੱਧ ਰਹੇਗਾ ਔਰ ਵਧੀਆ ਬਿਜਲੀ ਹੈ ਜਿਹੜੀ ਉਹ ਰੈਗੂਲਰ ਬਿਜਲੀ ਹੈ ਜਿਹੜੀ ਉਹ ਮਿਲਣ ਦੇ ਵਿੱਚ ਸਹਾਈ ਹੋਏਗੀ। ਇਸੇ ਤਹਿਤ ਪਹਿਲੇ ਪੜਾਅ ਦੇ ਵਿੱਚ 54 ਮੈਗਾਵਾਟ ਯਾਨੀ ਕਿ 25,000 ਮੋਟਰਾਂ ਨੂੰ ਸੋਲਰ ਦੇ ਉੱਪਰ ਚਲਾਉਣ ਦਾ ਟੈਂਡਰ ਹੈ ਜਿਹੜਾ ਉਹ ਸਾਡਾ ਡਿਪਾਰਟਮੈਂਟ ਹੈ ਲਗਾ ਚੁੱਕਿਆ। ਰੀਨਿਊਬਲ ਐਨਰਜੀ ਅੱਜ ਦੁਨੀਆਂ ਦੇ ਵਿੱਚ ਐਕਸੈਪਟਡ ਟੈਕਨੋਲੋਜੀ ਹੈ ਔਰ ਸਾਰੀ ਦੁਨੀਆਂ ਇਸ ਵੱਲ ਵੱਧ ਰਹੀ ਹੈ। ਮੇਰੀ ਲੋਕਾਂ ਨੂੰ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਵੀ ਇਸ ਟੈਕਨੋਲੋਜੀ ਨੂੰ ਅਪਣਾਉਣ ਤਾਂ ਕਿ ਸਬਸਿਡੀ ਦੇ ਬਿੱਲ ਨੇ ਜਿਹੜੇ ਉਹ ਘੱਟ ਸਕਣ ਔਰ ਜਿਹੜੀ ਇਨਪੁੱਟ ਕੋਸਟ ਸਰਕਾਰ ਨੂੰ ਪੈਂਦੀ ਹੈ ਉਹ ਵੀ ਇਹਦੇ ਨਾਲ ਕਾਫੀ ਰਿਡਿਊਸ ਹੁੰਦੀ ਹੈ। ਇਹ 1 ਲੱਖ ਸੋਲਰ ਪੰਪ ਸੌਰ ਊਰਜਾ ਦੇ ਉੱਪਰ ਕਰਨ ਦੇ ਦਾ ਤਕਰੀਬਨ 1,000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਭਗਵੰਤ ਮਾਨ ਜੀ ਦੀ ਸਰਕਾਰ ਉਹਨਾਂ ਦੀ ਯੋਗ ਅਗਵਾਈ ਦੇ ਹੇਠ ਬੜੀ ਜਲਦੀ ਹੀ ਪੂਰਾ ਕਰੇਗੀ ਤਾਂ ਕਿ ਪੰਜਾਬੀਆਂ ਨੂੰ ਦਾ ਬੋਝ ਹੈ ਜਿਹੜਾ ਉਹ ਘਟਾਇਆ ਜਾ ਸਕੇ ਔਰ ਪੰਜਾਬ ਤਰੱਕੀ ਦੀਆਂ ਰਾਹਾਂ 'ਤੇ ਚੱਲ ਸਕੇ।